ਵਡੇ ਪੰਜਾਬ ਦੇ ਨੌਜਵਾਨ ਬੇਸ਼ੱਕ ਵਿਦੇਸ਼ੀ ਧਰਤੀ ਵੱਲ ਆਕਰਸ਼ਿਤ ਹੋ ਰਹੇ ਵਿਦੇਸ਼ਾਂ ਵੱਲ ਜਾ ਵੀ ਰਹੇ ਐ ਵਿਦੇਸ਼ਾਂ ਚ ਜਾ ਕੇ ਵੀ ਖੇਤਾਂ ਦੇ ਵਿੱਚ ਕੰਮ ਕਰਨਾ ਰੈਸਟੋਰੈਂਟਾਂ ਦੇ ਵਿੱਚ ਕੰਮ ਕਰਨਾ ਪਰ ਅੱਜ ਤੁਹਾਨੂੰ ਇੱਕ ਐਸੇ ਅਸੀਂ ਨੌਜਵਾਨ ਦੀ ਕਹਾਣੀ ਵਖਾਣ ਜਾ ਰਹੇ ਹਾਂ ਜਿਨ੍ਹਾਂ ਦੇ ਪਿਤਾ ਨੂੰ ਅਮਰੀਕਨ ਸਿਟੀਜ਼ਨਸ਼ਿਪ ਮਿਲੀ ਹੋਈ ਹੈ ਪਰ ਅਮਰੀਕਾ ਨਾ ਜਾ ਕੇ ਆਪਣੇ ਸ਼ਹਿਰ ਬਠਿੰਡਾ ਸੀ ਉਹਨਾਂ ਨੇ ਖੇਤੀ ਦਾ ਕੰਮ ਕੀਤਾ ਇਜ਼ਰਾਈਲੀ ਤਕਨੀਕ ਦੇ ਨਾਲ ਪਿਛਲੇ 5 ਸਾਲ ਤੋਂ ਪੌਲੀ ਫਾਰਮ ਚਲਾ ਰਿਹਾ ਤਾਂ ਵਧੀਆ ਕਾਮਯਾਬੀ ਹਾਸਲ ਕਰ ਰਿਹਾ ਅੱਜ ਤੁਹਾਨੂੰ ਅਸੀਂ ਬਠਿੰਡਾ ਦੇ ਇੱਕ ਸਫਲ ਕਿਸਾਨ ਲਖਵਿੰਦਰ ਸਿੰਘ ਨਾਲ ਮਿਲਵਾਉਨੇ ਆਂ ਆਡੇ ਨਾਲ ਨੇ ਬਠਿੰਡਾ ਦੇ ਸਫਲ ਕਿਸਾਨ ਲਖਵਿੰਦਰ ਸਿੰਘ ਜਿਨ੍ਹਾਂ ਨੂੰ ਲਾਡੀ ਰਾਹੀ ਦੇ ਨਾਮ ਜਾਣਿਆ ਜਾਂਦਾ ਅ ਲਾਡੀ ਜੀ ਜਿਹੜਾ ਤੁਸੀਂ ਦੱਸਿਆ ਕਿ 5 ਸਾਲ ਹੋਏ ਆ ਪੌਲੀ ਫਾਰਮਿੰਗ ਤੋਂ ਸ਼ੁਰੂ ਕੀਤੀ ਹੈ ਫਾਦਰ ਸਾਹਿਬ ਤੁਹਾਡੇ ਅਮਰੀਕਾ ਅਮਰੀਕਾ ਨਾ ਜਾ ਕੇ ਇੱਥੇ ਰਹਿਣ ਦਾ ਕਿਦਾਂ ਵਿਚਾਰ ਬਣਿਆ ਵੀ ਖੇਤੀ ਕਰਨੀ ਹੈ ਐਕਚੁਅਲੀ ਮੇਰੇ ਦਾਦਾ ਜੀ ਪਹਿਲਾਂ ਖੇਤੀ ਕਰਦੇ ਸੀ ਤੇ ਉਸਦੂਬਾਰ ਮੇਰੇ ਫਾਦਰ ਸਾਹਿਬ ਬੈਂਕ ਮੈਨੇਜਰ ਸੀ ਤੇ ਮੇਰੇ ਤੋਂ ਵੱਡਾ ਬ੍ਰਦਰ ਜਿਹਦੀ ਡੈਥ ਹੋ ਚੁੱਕੀ ਹੈ ਉਹ ਖੇਤੀ ਕਰਦਾ ਸੀ ਤੇ ਮੇਰੇ ਫਾਦਰ ਸਾਹਿਬ ਖੇਤੀ ਨਾਲ ਇੰਨਾ ਕਿ ਅਟੈਚ ਹੋ ਗਏ ਕਿ ਉਹਨਾਂ ਦਾ ਅਮਰੀਕਾ ਜੀ ਨਹੀਂ ਲੱਗਿਆ ਤੇ ਉਹ ਸਿਟੀਜ਼ਨ ਹੋਣ ਦੇ ਬਾਵਜੂਦ ਵੀ ਤਕਰੀਬਨ ਪਿਛਲੇ 8-10 ਸਾਲਾਂ ਤੋਂ ਇੰਡੀਆ ਹੀ ਰਹਿ ਰਹੇ ਆ ਤੇ ਮੈਂ ਛੋਟਾ ਹੋਣ ਦੇ ਨਾਤੇ ਮੈਂ ਵੀ ਉਹਨਾਂ ਨਾਲ ਸਾਡਾ ਜੁਆਇੰਟ ਫੈਮਿਲੀ ਹੈ ਇਕੱਠੇ ਰਹਿਨੇ ਆ ਜੀ ਅਸੀਂ ਤੇ ਮੈਂ ਖੇਤੀ ਦੇ ਨਾਲ ਫਿਰ ਟੱਚ ਹੋ ਗਿਆ ਤੇ ਫਿਰ ਮੈਂ ਕੁਝ ਵੱਖਰਾ ਕਰਨਾ ਚਾਹੁੰਦਾ ਸੀ ਤੇ ਆ ਥੋੜੇ ਸਾਹਮਣੇ ਜੀ ਫਿਰ ਮੈਂ ਪੋਲੀ ਹਾਊਸ ਲਾਇਆ ਤੇ ਇਹ ਚ ਮੈਂ ਕਾਮਯਾਬੀ ਵੀ ਹਾਸਲ ਕੀਤੀ ਜੀ 5 ਸਾਲ ਤੁਹਾਨੂੰ ਹੋ ਚੁੱਕੀ ਐ ਥੋੜਾ ਮਨ ਨਹੀਂ ਕਦੇ ਬਣਿਆ ਵੀ ਅਮਰੀਕਾ ਹੈਗਾ ਵੀ ਜਾਈਏ ਸਾਰਾ ਪੰਜਾਬ ਉੱਥੇ ਸਾਡਾ ਪੰਜਾਬ ਜਿਹੜਾ ਸ਼ਿਫਟ ਹੋ ਰਿਹਾ ਪੰਜਾਬੀ ਜਾ ਰਹੇ ਨੇ ਥੋੜਾ ਮਾਨੀ ਬਣਾ ਕਿ ਆਪਾਂ ਹੀ ਮਾਰੀ ਜਾਈਏ ਨਹੀਂ ਦੇਖੋ ਜੀ ਤਾਂ ਹਰ ਇੱਕ ਬੰਦੇ ਦਾ ਕਰਦਾ ਵੀ ਮੈਂ ਬਾਹਰ ਜਾਵਾਂ ਪਰ ਜੇ ਮੈਂ ਕਿਤੇ ਗਿਆ ਵੀ ਅੱਜ ਵੀ ਮੈਂ ਕਹਣਾ ਉੱਥੇ ਮੈਂ 10-15 ਦਿਨਾਂ ਤੋਂ ਵੱਧ ਨਹੀਂ ਰਹਿ ਸਕਦਾ ਕਿਉਂਕਿ ਜੇ ਮੈਂ ਜਾਊਂਗਾ ਤਾਂ ਘੁੰਮਣ ਨਹੀਂ ਜਾਊਂਗਾ ਮੇਰੇ ਬ੍ਰਦਰ ਦੀ ਫੈਮਿਲੀ ਹੈ ਜੋ ਕੋਈ ਬੱਚੇ ਦਾ ਵਿਆਹ ਹੋਇਆ ਜਾਂ ਕੋਈ ਖੁਸ਼ੀ ਹੋਈ ਤਾਂ ਉੱਥੇ ਜਾਣੀ ਪੈਣਾ ਤੇ ਪਰ ਮੈਂ ਜ਼ਿਆਦਾ ਤਾਂ ਆਪਦੀ ਇੱਥੇ ਮਿੱਟੀ ਨਾਲ ਹੀ ਰਹਿ ਕੇ ਆ ਤੇ ਖੇਤੀ ਰਹਿ ਕੇ ਖੁਸ਼ ਹਾਂ ਤੇ ਮੈਂ ਹੁਣ ਤਕਰੀਬਨ ਮੇਰਾ ਸਾਰਾ ਸਮਾਂ ਮੇਰੇ ਖੇਤ ਹੀ ਮੈਂ ਬਤਾਉਣਾ ਕੁਝ ਤਾਂ ਕਰੋਨਾ ਦੀ ਬਿਮਾਰੀ ਚੱਲ ਰਹੀ ਹੈ ਤੇ ਇਸ وجہ ਨਾਲ ਵੀ ਮੈਂ ਐ ਲਾੜੋ ਵੀ certo ਵੱਖਰਾ ਹੋ ਕੇ ਵੀ ਅਰੇ ਖੇਤੀ ਬੈਠਾ ਐ ਇੱਥੇ ਮੇਰੇ ਕੋਲ ਵੱਖਰੇ ਵੱਖਰੇ ਕਿਸਮ ਦੇ ਜਾਨਵਰ ਰੱਖੇ ਆ ਇਹਨਾਂ ਦੀ ਮੈਂ ਦੇਖਭਾਲ ਕਰਦਾ ਸੇਵਾ ਕਰਦਾ ਤੇ ਖੀਰੇ ਦੀ ਫਸਲ ਮੇਰੀ ਲੱਗਣ ਨੂੰ ਤਿਆਰ ਹੈ ਤਕਰੀਬਨ 4-5 ਦਿਨਾਂ ਵਿੱਚ ਮੈਂ ਦੋਨੇ ਕਿੱਲਿਆਂ ਦੇ ਵਿੱਚ ਮੈਂ ਖੀਰਾ ਲਾ ਦੂੰਗਾ ਜੀ ਜੀ ਬਿਲਕੁਲ ਇੱਕ ਤੁਹਾਡੇ ਕੋਲ ਜਗ੍ਹਾ ਵੀ ਜਿਹੜੀ ਉਹ 7 ਏਕੜ ਤੁਸੀਂ ਜਗ੍ਹਾ ਦੱਸੀ ਹੈ ਜਿਹੜਾ ਇਹ ਫਾਰਮ ਹੈਗਾ ਇਹ 2.5 ਏਕੜ ਚ ਬਣਿਆ ਹੋਇਆ ਹਾਂਜੀ ਇਹ 2.5 ਏਕੜ ਚ ਬਣਿਆ ਹੋਇਆ ਜੀ 2880 ਸਕਰ ਮੀਟਰ ਇੱਕ ਹੈ ਪੌਲੀ 4376 ਸਕਰ ਮੀਟਰ ਇੱਕ ਹੈ ਬਾਕੀ ਸਾਨੂੰ ਇਹਨਾਂ ਦੇ ਵਿੱਚ ਡਿਸਟੈਂਸ ਦੇਣਾ ਪੈਂਦਾ ਦੋਨੇ ਪ੍ਰੋਜੈਕਟਾਂ ਦੇ ਵਿੱਚ ਤੇ ਇੱਕ ਉਹ ਪਿੱਛੇ ਤੁਹਾਡੇ ਨਜ਼ਰ ਆਇਆ ਉਹ ਤੁਹਾਨੂੰ ਇੱਕ ਡੱਗ ਪੱਟਿਆ ਹੋਇਆ ਸੀ ਇਹਦੇ ਚ ਅਸੀਂ ਨਹਿਰ ਦਾ ਪਾਣੀ ਸਟੋਰੇਜ ਕਰਦੇ ਆਂ ਤੇ ਆ ਸਾਡੇ ਕੋਲ 2000 ਲੀਟਰ ਦੇ ਟੈਂਕ ਲੱਗੇ ਹੋਏ ਆ ਤੇ 2000 ਲੀਟਰ ਦੇ ਇਹਨਾਂ ਚ ਅਸੀਂ ਪਾਣੀ ਸਟੋਰ ਕਰਦੇ ਆਂ ਤੇ ਫਿਰ ਇਹਨਾਂ ਦੇਗਾ ਫਿਲਟਰ ਦੇ ਰਹੀ ਅਸੀਂ ਨੂੰ ਰਿਪੀਰਿਗੇਸ਼ਨ ਆਈਗਾ ਪਾਣੀ ਡਿਸਟ੍ਰੀਬਿਊਟ ਕਰ ਦਿੰਦੇ ਆ ਇਹ ਜਿਹੜੇ ਤੁਸੀਂ ਜਦੋਂ ਸ਼ੁਰੂ ਕੀਤਾ ਸੀ ਕਿਉਂਕਿ ਜਗਾ 2.5 ਏਕੜ ਜਿਹੜੀ ਹੈਗੀ ਆ ਇਹਦੇ ਚ ਇੱਕ ਆਪਾਂ ਇਹ ਕਹਿੰਦੇ ਆ ਵੀ ਐਕਸਪੈਰੀਮੈਂਟ ਹੀ ਹੈ ਸੀਗਾ ਤੁਹਾਡਾ ਸਕਸੈਸ ਹੋਇਆ ਕਿੰਨੀ ਖੁਸ਼ੀ ਹੋ ਜਦੋਂ ਪੂਰਾ ਤਿਆਰ ਕਰਕੇ ਇਹਦੇ ਵਿੱਚੋਂ ਤੁਹਾਨੂੰ ਬੈਨੀਫਿਟ ਮਿਲਿਆ ਜਦੋਂ ਮੈਨੂੰ ਬਹੁਤ ਦੇਖੋ ਜੀ ਖੁਸ਼ੀ ਹੋਈ ਮੇਰੀ ਐਫਐਮ ਰੇਡੀਓ ਵਾਲਾ ਇੰਟਰਵਿਊ ਲੈਣ ਆਏ ਹੋਰ ਮੇਰੇ ਪੇਪਰ ਵਾਲੇ ਮੇਰੀ ਇੰਟਰਵਿਊ ਲੈਣ ਆਏ ਤੇ ਮੇਰੇ ਕੋਲ ਵੱਡੇ ਵੱਡੇ ਸਾਇੰਟਿਸਟ ਆਏ ਇਵਨ ਮੇਰੇ ਕੋਲ ਇਜ਼ਰਾਈਲ ਤੋਂ ਵੀ ਬੰਦੇ ਇੱਥੇ ਦੇਖਣ ਆਏ ਵੀ ਬੰਦੇ ਨੇ ਪਾਣੀ ਇੰਨਾ ਕਿਉਂਕਿ ਇੱਥੋਂ ਦਾ ਜਿਹੜਾ ਈਸੀ ਤੇ ਪੀਐਚਾ ਮਿੱਟੀ ਪਾਣੀ ਦਾ ਉਹ ਬਹੁਤ ਮਾੜਾ ਹੈ ਪਾਣੀ ਨਹਿਰ ਦਾ ਪਾਣੀ ਵੀ ਸਾਡਾ ਇੱਥੇ ਗੰਦਾ ਹੋ ਚੁੱਕਿਆ ਹੈ ਅਸੀਂ ਪਿੱਛੇ ਫਿਰ ਕਹਿਆ ਲੀਟਰ ਪਰ ਆਵਰ ਦਾ ਆਰੋ ਲਾਇਆ ਫਿਰ ਉਹ ਪਾਣੀ ਨੂੰ ਸਾਰਾ ਸੋਧ ਕੇ ਫਿਰ ਅਸੀਂ ਉਹਨੂੰ ਗਾ ਰੀ ਤਕਨੀਕ ਨੂੰ ਗਾ ਚਲਾਇਆ ਕਿਉਂਕਿ ਜਿਹੜਾ ਜ਼ਰਵੇਰਾ ਫੁੱਲ ਹੈ ਉਹਨੂੰ ਬੜੇ ਸੈਸਟਿਵ ਫੁੱਲ ਆ ਉਹ ਤਾਂ ਉਹਨੂੰ ਬੜਾ ਪਾਣੀ ਤਾਂ ਬਹੁਤ ਜ਼ਿਆਦਾ ਉਹ ਚ ਮੈਟਰ ਕਰਦਾ ਤੇ ਜਦੋਂ ਇਹ ਤਕਨੀਕਾਂ ਮੈਂ ਪੰਜਾਬ ਚ ਪਹਿਲੀ ਰਹੀ ਅਪਣਾਈਆਂ ਤੇ ਇਜ਼ਰਾਈਲ ਵਾਲੇ ਤੇ ਰਿਸਰਚ ਸੈਂਟਰ ਤੇ ਆਈ ਸੀ ਉੱਥੇ ਉਹਨਾਂ ਨੇ ਦੱਸਿਆ ਵੀ ਇੱਕ ਫਾਰਮਰ ਆ ਸਾਡਾ ਤੇ ਉਹ ਬਕੈਰਾ ਫਿਰ ਮੈਨੂੰ ਇੱਥੇ ਦੇਖਣ ਆਏ ਮੈਨੂੰ ਮਿਲੇ ਉਹਨਾਂ ਨੇ ਮੈਨੂੰ ਇਨਵਿਟੇਸ਼ਨ ਵੀ ਦਿੱਤਾ ਵੀ ਤੁਸੀਂ ਇਜ਼ਰਾਈਲ ਆਓ ਵੀ ਤੁਸੀਂ ਉੱਥੇ ਕੋਈ ਹੋਰ ਸਿੱਖੋ ਪਰ ਕੁਝ ਤਾਂ ਸਮਾਂ ਨਹੀਂ ਦੇ ਪਾਉਂਦੇ ਤੇ ਕੋਸ਼ਿਸ਼ ਸਰਕਾਰ ਨਹੀਂ ਮਦਦ ਕਰਦੀ ਜੇ ਸਰਕਾਰ ਮਦਦ ਕਰੇ گاਹ ਵਧੂ ਕਿਸਾਨਾਂ ਦਾ ਤੇ ਅਸੀਂ ਵੀ ਬਹੁਤ ਕੁਝ ਸਿੱਖ ਸਕਦੇ ਹਾਂ ਸਾਨੂੰ ਇਸੇ ਇਸੇ ਮਿੱਟੀ ਚੋਂ ਇਸੇ ਪਾਣੀ ਨਾਲ ਅਸੀਂ ਹੋਰ ਵੀ ਚੀਜ਼ਾਂ ਬਹੁਤ ਗਾ ਸਕਦੇ ਆ ਤੇ ਪ੍ਰਮੋਟ ਕਰ ਸਕਦੇ ਆ ਜੀ ਬਿਲਕੁਲ ਸਰਕਾਰਾਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਤਰੀਕੇ ਦਾ ਸਰਕਾਰ ਉਪਰਾਲਾ ਕਰੇ ਵੀ ਲੋਕ ਜਿਨ੍ਹਾਂ ਕੋਈ ਜਗਾ ਘਟ ਹੈ ਉਹ ਪੋਲੀ ਹਾਊਸ ਬਣਾ ਸਕਦੇ ਆ ਜਾਂ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਦਾ ਸਰਕਾਰ ਨੂੰ ਕੀ ਕਰਨਾ ਚਾਹੀਦਾ ਦੇਖੋ ਜੀ ਸਰਕਾਰ ਹੈ ਤੇ ਵਿਤੀ ਸਹਾਇਤਾ ਦਿੰਦੀ ਹੈ ਇਹ ਚ ਕੋਈ ਦੂਰ ਨਹੀਂ ਪੋਲੀ ਹਾਊਸ ਬੰਗ ਤੋਂ ਲੈ ਕੇ ਪੋਲੀ ਹਾਊਸ ਦੀ ਕਲਟੀਵੇਸ਼ਨ ਕਰ ਤੱਕ ਦਿੰਦੇ ਆ ਸਬਸਿਡੀ ਦਿੰਦੇ ਆ 50% ਪਰ ਇੱਕ ਸਬਸਿਡੀ ਦੇਣ ਤਾਂ ਕੀ ਸੀਮਤ ਹੈ ਨਾ ਤਾਂ ਪ੍ਰੋਪਰਾਈਅਰ ਦੀ ਕੋਈ ਟ੍ਰੇਨਿੰਗ ਹੋ ਰਹੀ ਹੈ ਪੰਜਾਬ ਲੈਵਲ ਤੇ ਨਾ ਉਹ ਕੋਈ ਖੋਜ ਕਰਦੇ ਆ ਨਾ ਕੋਈ ਉਹ ਬੀ ਆਰੇ ਦੱਸ ਰਿਹਾ ਵੀ ਬੀ ਕਿਵੇਂ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਜਿਵੇਂ ਹਿਮਾਚਲ ਚ ਹੈ ਹਿਮਾਚਲ ਜੇ ਕੋਈ ਉਹਨਾਂ ਦਾ ਕੋਈ ਮਿਸ ਹੈਪਨਿੰਗ ਹੁੰਦੀ ਹੈ ਪੋਲੀ ਉਸਪਾਰਟ ਦਾ ਜਾਂ ਕੋਈ ਡੈਮੇਜ ਹੁੰਦੀ ਹੈ ਉਹ ਫਿਰ ਉਹਨਾਂ ਨੂੰ ਰਿਪੇਅਰ ਕਰਾ ਕੇ ਦਿੰਦੇ ਉਹ ਤੇ ਫਿਰ ਬਕਾਇਦਾ ਸਬਸਿਡੀ ਦਿੰਦੇ ਆ ਸਾਨੂੰ ਕੀ ਜਦ ਰੀ ਨੇਰੀ ਤੂਫਾਨ ਇੰਨਾ ਆ ਜਾਂਦਾ ਵੀ ਅਸੀਂ ਜਿੰਨੀ ਕੇ ਫਸਲ ਚ ਕਮਾਈ ਹੁੰਦੀ ਹੈ ਉਹ ਸਾਡੇ ਤਕਰੀਬਨ ਫੇਰ ਸਾਰੇ ਲੱਗ ਜਾਂਦੇ ਆ ਤੇ ਸਰਕਾਰ ਅੱਗੇ ਮੇਰੀ ਇਹੀ ਹੈ ਵੀ ਘਟ ਲਾਏ ਜਾਣ ਪਰ ਜੇ ਲਾਏ ਜਾਣ ਤਾਂ ਪ੍ਰੋਪਰ ਕਿਸਾਨਾਂ ਨੂੰ ਗਾਈਡਲਾਈਨ ਦੇ ਕੇ ਉਹਨਾਂ ਨੂੰ ਦੇਖ ਕੇ ਵੀ ਸੂਝਵਾਨ ਕਿਸਾਨ ਇਹ ਕਰ ਸਕਦੇ ਆ ਉਹਨਾਂ ਨੇ ਮਿੱਟੀ ਪਾਣੀ ਦੇਖ ਕੇ ਫਿਰ ਇਹ ਲਾਉਂਦਾ ਚਾਹੀਦੇ ਜੀ ਬਿਲਕੁਲ ਇੱਕ ਚੀਜ਼ ਹੋਰ ਦੱਸੋ ਜਦੋਂ ਪੋਲੀ ਹਾਊਸ ਕਿੰਨਾ ਕੁ ਦੇ ਇਨਵੈਸਟਮੈਂਟ ਕਿੰਨੀ ਹੈਗੀ ਜੇਕਰ ਕਿਸਾਨ ਕੋਈ ਸ਼ੁਰੂ ਕਰਨਾ ਕੋ ਕਿਸਾਨਾਂ ਨੇ ਲਾਏ ਬਹੁਤ ਹੋਏ ਆ ਜੇ ਕੋਈ ਘੱਟ ਜ਼ਮੀਨ ਵਾਲਾ ਵੀ ਸ਼ੁਰੂ ਕਰਨਾ ਚਾਹੁੰਦਾ ਹੋਵੇ ਕਿੰਨੀ ਜਗ੍ਹਾ ਤੋਂ ਸ਼ੁਰੂ ਕਰ ਸਕਦਾ ਇਹ ਤਾਂ ਤੁਸੀਂ 1000 ਸਕੇਅਰ ਮੀਟਰ 2000 ਸਕੇਅਰ ਮੀਟਰ ਤੋਂ ਸ਼ੁਰੂ ਕਰ ਸਕਦੇ ਹੋ ਜੀ ਪਹਿਲਾਂ ਛੋਟਾ ਪ੍ਰੋਜੈਕਟ ਲਾਓ ਤੁਸੀਂ ਇੱਕ ਡੈਮੋ ਲਾਓ ਜੇ ਤੁਹਾਨੂੰ ਲੱਗਦਾ ਵੀ ਹਾਂ ਵੀ ਇਹ ਚਾਪਾ ਮਿਹਨਤ ਕਰ ਸਕਦੇ ਆ ਇਹ ਜੇ ਅ ਵੀ ਆਪਾਂ ਪਹਿਲਾਂ ਘਰ ਜੋਗੀ ਫਸਲ ਲਾਓ ਨਾ ਕਮਰਸ਼ੀਅਲ ਨਾ ਲਾਓ 500 ਸਕਰ ਮੀਟਰ ਦਾ ਲਾਓ ਸਸਤਾ ਲਾ ਲਓ ਪਾਈਪਾਂ ਤੇ ਲਾ ਲਓ ਨਰਸਰੀ ਵਾਂਗੂ ਪ੍ਰੋਪਰ ਨਾਲ ਲਾਓ ਚ ਫੌਗਰ ਨਾਲ ਲਾਓ ਤੁਸੀਂ ਡ੍ਰਿਪ ਇਰੀਗੇਸ਼ਨ ਲਵਾ ਲਓ ਜਦੋਂ ਇਸ ਤਕਨੀਕ 'ਚ ਤੁਸੀਂ ਦੇਖੋਗੇ हां ਵੀ ਅਸੀਂ ਇਹ ਚੀਜ਼ ਨੂੰ ਸਮਝ ਸਕਦੇ ਹਾਂ ਵੀ ਐਂ ਦਵਾਈ ਪਾਉਣੀ ਹੈ ਆਹ ਸਿਸਟਮ ਹੈ ਐ ਸਮੇਂ ਮੁਤਾਬਕ ਆ ਵਾਤਾਵਰਨ ਆਪਾਂ ਐ ਰੱਖਣਾ ਤੇ ਹੌਲੀ ਹੌਲੀ ਫਿਰ ਤੁਸੀਂ ਗਾਂ ਵਧ ਸਕਦੇ ਹਾਂ ਕੋਈ ਦਿੱਕਤ ਨਹੀਂ ਮੇਰੀ ਨਾ ਔਰਗੈਨਿਕ ਕਿੰਦਾ ਬੜਾ ਸਾਡੇ ਮਤਲਬ ਪੰਜਾਬੀ ਵਾਪਸ ਆ ਰਹੇ ਔਰਗੈਨਿਕ ਚੀਜ਼ਾਂ ਦੀ ਖੇਤੀ ਵੀ ਸ਼ੁਰੂ ਹੋ ਰਹੀ ਹੈ ਲੋਕ ਖਾਵੀ ਰਹੇ ਨੇ অর্গানিক ਸਬਜ਼ੀਆਂ ਬਹੁਤ ਲੋਕ ਪੀਂਦੇ ਆ ਇਹ ਫਿਰ ਇਹਦੇ ਜਿਹੜੀ ਤੁਸੀਂ ਖੇਤੀ ਕਰਦੇ ਹੋ ਇਹਦੇ ਵਿੱਚ ਕੀ ਕੁਝ ਯੂਜ਼ ਹੁੰਦਾ ਸਾਰਾ অর্গানਿਕ ਹਾਂ ਅਸੀਂ অর্গানਿਕ ਹੀ ਯੂਜ਼ ਕਰਦੇ ਆ ਜੀ ਇਹ ਚ ਅਸੀਂ ਸਪਰੇ ਵਗੈਰਾ ਵੀ ਲੱਸੀ ਦੀ ਨੀਮ ਆਇਲ ਦੀ ਉਹ ਜੀ ਖੁਦ ਤਿਆਰ ਕਰਦੇ ਆ ਤੇ ਡ੍ਰਿਪਿੰਗ ਇਰੀਗੇਸ਼ਨ ਅਸੀਂ ਵੀ ਅਸੀਂ ਗੁੜ ਦਾ ਬੇਸਨ ਦਾ ਕੋਲ ਡੀਕੰਪੋਜ਼ਰ ਪਾ ਕੇ ਤਿਆਰ ਕਰਦੇ ਆ ਪਿੱਛੇ ਮੇਰੇ ਡਰੰਪ ਪਏ ਆ ਇਹ ਅਸੀਂ ਤਕਰੀਬਨ 8-10 ਦਿਨ ਪਹਿਲਾਂ ਤਿਆਰ ਕਰ ਲੈਨੇ ਆ ਤੇ ਫਿਰ ਉਹਨੂੰ ਸਟੈਪ ਵਾਈਜ਼ ਸਟੈਪ ਜੀ ਜਮੀਨ ਚ ਪਾਉਣੇ ਆ ਇਹ ਚ ਫਿਰ ਨਿੰਮਾ ਟੋੜ ਦਾ ਨਾ ਆਵੇ ਉਹ ਚ ਨਿਮਾਟੋਨੋ ਦਵਾਈਆਂ ਐ ਹੋਰ ਆਰਗੈਨਿਕ ਚੀਜ਼ਾਂ ਦੀ ਪਾਉਣੀ ਐ ਤੇ ਤਕਰੀਬਨ 99% ਸਾਡਾ ਸਾਰਾ ਖੀਰਾ ਆਰਗੈਨਿਕ ਹੀ ਹੁੰਦਾ ਜੀ ਇੱਕ ਚੀਜ਼ ਸਾਨੂੰ ਹੋਰ ਜਾਣਕਾਰੀ ਮਿਲੀ ਵੀ ਤੁਸੀਂ ਫਲਾਵਰ ਦਾ ਬੜਾ ਵਧੀਆ ਕੰਮ ਇੱਥੇ ਸ਼ੁਰੂ ਕੀਤਾ ਸੀ ਫਲਾਵਰ ਤੇ ਪਪੀਤੇ ਦਾ ਉਹ ਕੀ ਚੀ ਸੀ ਕਿਹੜਾ ਕਿਹੜੀ ਬਰੀਡ ਸੀ ਜਿਹੜੀ ਲਾਈ ਗਈ ਪਪੀਤੇ ਦੀ ਪਪੀਤਾ ਦਾ ਮੈਂ ਇੱਕ ਐਜ਼ ਅ ਟ੍ਰਾਇਲ ਹੀ ਲਾਇਆ ਸੀਗਾ ਜੀ ਉਹ ਮੇਰੇ ਕੋਲ ਵੈਰੈਟੀ ਲੱਗੀ ਸੀ ਰੈਡ ਲੇਡੀ 786 ਤੇ ਉਹਦਾ ਰਿਜ਼ਲਟ ਬਹੁਤ ਵਧੀਆ ਸੀ ਬਹੁਤ ਵਧੀਆ ਉਹਨੂੰ ਫਲ ਪਿਆ ਤਕਰੀਬਨ ਇੱਕ ਪੌਦੇ ਨੂੰ ਉਹਦਾ 4 4 5 5 ਕਿਲੋਗ੍ਰਾਮ ਫੋਲਪੇਲ ਤੇ ਮੈਂ 5 4 4 ਕਿਲੋ ਦਾ ਇੱਕ ਪਪੀਤਾ ਹੋ ਗਿਆ ਸੀ ਉੱਥੇ ਉਹ ਅਸੀਂ ਬਹੁਤ ਵਧੀਆ ਰਿਜ਼ਲਟ ਸੀ ਹੋ ਸਕਦਾ ਅਸੀਂ ਨੈਕਸਟ ਟਾਈਮ ਸਾਰੇ ਚੈਸ ਤੇ ਅਸੀਂ ਵਨ ਟਾਈਮ ਉਹੀ ਲਾ ਦਈਏ ਪਪੀਤਾ ਹੀ ਲਾ ਦਈਏ ਕਿਉਂਕਿ ਪਪੀਤੇ ਦੀ ਕ੍ਰੌਪ ਤਕਰੀਬਨ 3 ਸਾਲ ਚੱਲੇ ਜਾਂਦੀ ਹੈ ਤੇ ਫਲਾਵਰ ਕਿਹੜੇ ਸੀ ਫਲਾਵਰ ਸੀਗੇ ਜੀ ਮੇਰੇ ਕੋਲ ਜ਼ਰਵੇਰਾ ਫਲਾਵਰ ਲੱਗਿਆ ਸੀਗਾ ਤੁਸੀਂ ਸੂਰਜਮੁਖੀ ਟਾਈਪ ਹੁੰਦਾ ਔਰ ਇਹ ਅਲੱਗ-ਅਲੱਗ ਕਲਰ ਹੁੰਦੇ ਆ ਮੇਰੇ ਕੋਲੇ ਤੇ ਤਕਰੀਬਨ 6 ਕਲਰ ਲੱਗੇ ਸੀਗੇ ਤੇ ਉਹ ਬੂਟੇ ਦੀ ਮਨਿਆਦ ਹੀ ਤਕਰੀਬਨ 3 ਸਾਲ ਹੁੰਦੀ ਹੈ ਮੈਂ 3 ਸਾਲ ਬਹੁਤ ਵਧੀਆ ਚਲਾਇਆ ਤੇ ਉਦੋਂ ਬਾਅਦ ਸਾਨੂੰ ਮਾਰ ਪੈ ਗਈ ਨੋਟਬੰਦੀ ਦੀ ਜਦੋਂ ਨੋਟਬੰਦੀ ਹੋ ਗਈ ਤਾਂ ਫਿਰ ਇੱਕ ਆਰਟੀਫੀਸ਼ੀਅਲ ਫਲਾਵਰ ਚੱਲ ਪਿਆ ਤੇ ਲੋਕ ਜਿਹੜੇ ਕੋਈ ਜਿਹਨੂੰ ਜ਼ਿਆਦਾ ਕਰੇਜ਼ ਹੈ ਉਹਦਾ origignal ਬੰਨੀ ਇੰਟਰਸਟਿਡ ਹੈ ਨਹੀਂ ਅਗਲਾ ਕਰਨਾ ਕਿਨੇ ਫੁੱਲ ਕਿਹੜਾ ਕਿਸ ਨੇ ਖਾਣੇ ਆ ਵੀ ਫੁੱਲ ਐ ਹੋਜੇ ਐ ਹੋਜੇ ਫੁੱਲ ਆਰਟੀਫੀਸ਼ੀਅਲ ਤਕਰੀਬ ਮਸਲੇ ਲਵਾਉਣ ਲੱਗ ਗਏ ਇੱਕ लाडी राही जी ਦੀ ਗੱਲ ਕਰ ਰਹੇ ਆ ਆਪਾਂ ਇਹਨਾਂ ਨਾਲ ਗੱਲ ਕਰ ਰਹੇ ਸਫਲ ਕਿਸਾਨ ਨੇ ਇਹਨਾਂ ਕੋਲੇ ਮੁਰਗੇ ਨੇ ਬਹੁਤ ਫੈਂਸੀ ਨੇ ਜ਼ੀਰੋ ਸਾਈਜ਼ ਦੇ ਮੁਰਗੇ ਆ ਹੋਰ ਵੀ ਕਈ ਵੈਰਾਈਟੀਆਂ ਆ ਉਹ ਵੀ ਤੁਹਾਨੂੰ ਗੱਲ ਕਰਵਾਨੀਆਂ ਲਾਡੀ ਜੀ ਬڑے ਮੁਰਗੇ ਦੇਖਿਆ ਸੀ ਬੜੇ ਵੱਖਰੀਆਂ ਨਸਲਾਂ ਨੇ ਜਿਹੜੀਆਂ ਇੱਥੇ ਨਹੀਂ ਹੈਗੀਆਂ ਸਾਡੇ ਪੰਜਾਬ ਬਹੁਤ ਘੱਟ ਨੇ ਰੇਅਰ ਹੈ ਕਿਹੜੀ ਕਿਹੜੀ ਨਸਲ ਹੈ ਕਿੱਥੋਂ ਕਿੱਥੋਂ ਦੀ ਹੈ ਕੀ ਬੈਨੀਫਿਟ ਹੈ ਇਸ ਚੀਜ਼ ਦਾ ਇਹ ਦੇਖੋ ਇਹ ਤਾਂ ਵੈਸੇ ਤਾਂ ਮੈਂ ਸ਼ੌਕ ਨਾਲ ਹੀ ਰੱਖ ਰੱਖਿਆ ਪਰ ਇੱਕ ਸਹਾਇਕ ਕਿੱਤੇ ਵਜੋਂ ਵੀ ਮੈਨੂੰ ਇਹਦਾ ਬਹੁਤ ਫਾਇਦਾ ਮਿਲਿਆ ਕਿਉਂਕਿ ਜੇ ਮੈਂ ਆਮ ਮੁਰਗੀ ਰੱਖਦਾ ਦੇਸੀ ਮੁਰਗੀ ਰੱਖਦਾ ਤਾਂ ਉਹਦਾ ਤਕਰੀਬਨ 10 ਰੁਪਏ ਦਾ ਅੰਡਾ ਵੇਚਦਾ ਤੇ ਕੜਕਨਾਸ ਦਾ ਅੰਡਾ ਮੇਰਾ ਅੱਜ ਵੀ ਮੇਰਾ 30-35 ਰੁਪਏ ਦਾ ਤੇ ਜਿਹੜੇ ਮੇਰੇ ਕੋਲ ਜੀਰੋ ਸਾਈ ਦੇ ਬੈਂਟਮ ਜਾਂ ਕੋਚੀ ਬੈਂਟਮ ਜਾਂ ਟੇਬਲ ਫਾਈਟਰ ਰੱਖੇ ਆ ਇਹਦਾ ਤਕਰੀਬਨ ਮੈਂ 4-45000 ਦਾ ਬੱਚਿਆਂ ਦਾ ਪੇਅਰ ਵੇਚਦਾ ਜੀ ਤੇ ਤੁਸੀਂ ਹਿਸਾਬ ਲਾ ਲਓ ਮੈਂ ਦੂਜਾ ਵਿੱਚੋਂ 1200 ਦਾ ਕੇਅਰ ਵੇਦਾ ਖਾਣਾ ਮੈਨੂੰ ਘੱਟ ਪਾਉਣਾ ਪੈਂਦਾ ਮੈਨੂੰ ਕੇਅਰ ਕੱਟ ਕਰਨੀ ਪੈਂਦੀ ਹੈ ਬਿਮਾਰੀ ਘਟ ਆਉਂਦੀ ਇਹਨਾਂ 'ਚ ਤੇ ਫਿਰ ਦੇਖਣ 'ਚ ਕਬੂਤਰ ਆ ਗਏ ਆ ਫੈਂਸੀ ਆ ਬੜੇ ਸੋਹਣੇ ਲੱਗਦੇ ਆ ਤੇ ਲੋਕ ਅੱਜ ਕੱਲ ਜਿਹੜੇ ਬੱਚੇ ਅੱਜ ਕੱਲ ਕਹਿੰਦੇ ਵੀ ਸਿੱਕੁੱਤਾ ਨਹੀਂ ਰੱਖਣਾ ਜਾਂ ਕਬੂਤਰ ਨਹੀਂ ਰੱਖਣੇ ਉਹ ਆਦੇ ਤੁਹਾਨੂੰ ਮੈਂ ਬੜੀਆ ਬੜੀਆ ਬੰਦੇ ਮਿਲਾ ਸਕਦਾ ਜਿਨ੍ਹਾਂ ਨੇ ਆਰੇ ਬੈੱਡਰੂਮ ਚ ਵੀ ਇਹ ਨਿੱਕੇ ਨਿੱਕੇ ਆਦੇ ਮੁਰਗੇ ਰੱਖ ਰੱਖੇ ਜੀ ਇਹ ਵੈਂਟਮ ਨਸਲ ਦੇ ਆ ਜੀ ਮੇਰੇ ਕੋਲ 0 ਸਾਈਜ਼ ਦੇ ਆ ਤੇ ਬਲੈਕ ਟੇਲ ਆ ਕੋਚੀ ਵੈਂਟਮ ਹੈ ਟੇਬਲ ਫਾਈਟਰ ਹੈ ਅਮਰੀਕਨ ਯਾਨੀ ਇਹ ਜਿਹੜੀਆਂ ਇਹ ਸਹਾਇਕ ਤੰਦੇ ਵਜੋਂ ਵੀ ਇਹ ਚੀਜ਼ਾਂ ਦਾ ਤੁਸੀਂ ਇਹ ਚ ਵੀ ਕਮਾਈ ਕਰ ਰਹੇ ਹੋ ਹਾਂ ਬਿਲਕੁਲ ਕਰ ਰਹੇ ਹਾਂ ਜੀ ਇਹ ਮੈਂ ਤੁਹਾਨੂੰ ਇਹ ਹੀ ਦੱਸਣਾ ਚਾਹੁੰਦਾ ਜੀ ਵੀ ਇੱਕ ਆਂਡਾ ਵੇਖਣਾ ਆਪਣਾ 10 ਰੁਪਏ ਦਾ ਇੱਕ ਆਂਡਾ ਆਪਾਂ 200 ਰੁਪਏ ਦਾ ਵੀ ਨਹੀਂ ਦੇ ਰਹੇ ਤੇ ਤੁਸੀਂ ਹਿਸਾਬ ਨਾਲ ਜੇ ਆਪਾਂ ਨੈਚੁਰਲੀ ਇਹ ਮੁਰਗੀ ਨੇ ਅੰਡੇ ਹੁੰਦੀ ਦੇਣੇ ਆ ਤੇ ਅਪਜੇ ਬੱਚੇ ਵੀ ਕਢਾਉਣੇ ਆ ਤੇ ਬੱਚਾ ਦੂਜਾ ਵੀ ਪਾਲਣਾ ਤੇ ਬੱਚਾ ਇਹ ਵੀ ਪਾਲਣਾ ਤੇ ਇਹ ਵਧੀਆ ਤੰਦਾ ਹੈ ਜੀ ਮੇਰੇ ਕੋਲ ਤਕਰੀਬਨ ਮੇਰੇ ਕੋਲ ਤਾਂ ਹੁਣ ਆਰਡਰ ਹੀ ਨਹੀਂ ਪੂਰਾ ਹੋ ਰਿਹਾ ਜੀ ਮੈਂ ਜਿੰਨੇ ਆਂਡੇ ਮੈਂ ਇਕੱਠੇ ਕਰਦਾ ਮੇਰੇ ਆਂਡੇ ਵੀ ਮੇਰੇ ਯਾਰ ਮਿੱਤਰ ਵੀ ਤੱਕੇ ਨਾ ਲੈ ਜਾਂਦੇ ਆ ਤੇ ਹੁਣ ਮੈਂ ਬੱਚੇ ਕਢਾਉਂਗਾ ਜੀ ਤੇ ਫਿਰ ਮੇਰੇ ਜਿਹੜੇ ਵੀ ਮੇਰੇ ਕੋਲ ਬੱਕਾ ਤਕਰੀਬਨ ਯਾਨੀ ਯਾਨੀ ਖੇਤੀ ਦੇ ਨਾਲਾਂ ਜੇ ਅਸੀਂ ਸਹਾਇਕ ਤੰਦਾ ਵੀ ਉਹ ਪਾਣਾ ਅਪਣਾਉਣਾ ਹੈ ਕਿਉਂਕਿ ਸਰਕਾਰਾਂ ਵੀ ਸਬਸਿਡੀ ਦਿੰਦੀਆਂ ਨੇ ਸਹਾਇਕ ਤੰਦੇ ਵਿੱਚ ਬੈਨੀਫਿਟ ਕਿਸਾਨਾਂ ਨੂੰ ਹੋ ਸਕਦਾ ਹੈ ਜਿਹੜੇ ਛੋਟੇ ਕਿਸਾਨ ਨੇ ਬਿਲਕੁਲ ਸਹਾਇਕ ਦੰਦੇ ਵਜੋਂ ਤੁਸੀਂ ਬੱਕਰੀਆਂ ਪਾਲ ਲਓ ਸ਼ਹਿਦ ਦਾ ਕੰਮ ਕਰ ਲਓ ਤੇ ਅੱਜ ਕੱਲ ਤਾਂ ਤੁਸੀਂ ਆਰਗੈਨਿਕ ਜੇ ਤੁਹਾਡੇ ਕੋਲ ਥੋੜੀ ਵੀ ਜ਼ਮੀਨ ਹੈ ਨਾ ਉਹਨੂੰ ਡਿਵਾਈਡੇਸ਼ਨ ਕਰਕੇ ਅਲੱਗ-ਅਲੱਗ ਤਰ੍ਹਾਂ ਦੀਆਂ ਸਬਜ਼ੀਆਂ ਲਾ ਦਿਓ ਉਹ ਤੇ ਪਿਕ ਐਂਡ ਪੇ ਆਲਾ ਤੁਸੀਂ ਸਿਸਟਮ ਰੱਖੋ ਵੀ ਬੰਦਾ ਆਵੇ ਆਰੀ ਮਰਜ਼ੀ ਨਾਲ ਆਰੀ ਸਬਜ਼ੀ ਤੋੜੇ ਤੇ ਤੁਹਾਨੂੰ ਪੈਸੇ ਦੇਵੇ ਉਹ ਚ ਤੁਹਾਨੂੰ ਇੱਕ ਤਰ੍ਹਾਂ ਦੇ ਬੈਨੀਫਿਟ ਹੈ ਵੀ ਜੇ ਬੰਦਾ ਸਬਜ਼ੀ ਕੱਚੀ ਪੱਕੀ ਤੋੜਨ ਨੂੰ ਗਦਾਉਦੀ ਹੈ ਤੇ ਫਿਰ ਉਹ ਆਲੇ ਟੇਸਟ ਨਾਲ ਕੋਈ ਛੋਟੀ ਚੀਜ਼ ਚਾਹੀਦੀ ਹੈ ਵੱਡੀ ਚੀਜ਼ ਚਾਹੀਦੀ ਹੈ ਉਸਨਾਂ ਵਾਲੀ ਤੜਾਈ ਕਰ ਲੈਂਦਾ ਉਹ ਬਿਲਕੁਲ ਇੱਕ ਆਖਰੀ ਸਵਾਲ ਆ ਇਜ਼ਰਾਈਲ ਦੀ ਜਿਹੜੀ ਤਕਨੀਕ ਹੈਗੀ ਇਹਦੀ ਫਿਰ ਜਾਣਕਾਰੀ ਕਿੱਥੋਂ ਲਈ ਤੁਸੀਂ ਇਜ਼ਰਾਈਲ ਦੀ ਤਕਨੀਕ ਨਾ ਕਿ ਕੀਰਾ ਜਾਂ ਜਿਹੜੀ ਇੱਥੇ ਫਾਰਮਿੰਗ ਕਰਦੇ ਤੁਸੀਂ ਪੌਲੀ ਫਾਰਮਿੰਗ ਇਹ ਤਕਨੀਕ ਕਿੱਥੋਂ ਸਿੱਖੀ ਸੀ ਇਹ ਹਾਰਟੀਕਲਚਰ ਡਿਪਾਰਟਮੈਂਟ ਨਾਲ ਮੈਂ رابطہ ਕੈਮ ਕੀਤਾ ਜੀ ਉਹਨਾਂ ਨਾਲ رابطہ ਕੈਮ ਕਰਨ ਤੋਂ ਬਾਅਦ ਫਿਰ ਮੈਂ ਲੁਧਿਆਣੀ ਤੇ ਤਕਰੀਬਨ ਲੱਗੀ ਜੀ ਉੱਥੇ 5 ਦਿਨਾਂ ਦੀ ਟ੍ਰੇਨਿੰਗ ਪਰ ਉੱਥੇ ਮੈਂ ਟ੍ਰੇਨਿੰਗ ਲੈ ਕੇ ਸੰਤੁਸ਼ਟ ਨਹੀਂ ਹੋਇਆ ਤੇ ਫਿਰ ਮੈਂ ਕਰਤਾਰਪੁਰ ਜਲੰਧਰ ਜਾ ਕੇ ਇੱਕ ਟ੍ਰੇਨਿੰਗ ਲਈ ਉੱਥੇ ਮੈਨੂੰ ਕੁਝ ਲੱਗਿਆ ਵੀ ਹਾਂ ਆਪਾਂ ਕਰ ਸਕਦੇ ਹਾਂ ਉਹਨਾਂ ਦੇ ਉੱਤੇ ਲਾਈਵ ਪ੍ਰੋਜੈਕਟ ਲੱਗੇ ਹੋਏ ਆ ਉਹਨੂੰ ਡੀਪਲੀ ਮੈਂ 3-4 ਦਿਨ ਰਹਿ ਕੇ ਉੱਥੇ ਸਟੱਡੀ ਕੀਤਾ ਫਿਰ ਮੈਂ ਪਟਿਆਲਾ ਸਾਈਡ ਜਿਹੜੇ ਕਿਸਾਨ ਕਾਮਯਾਬ ਹੈ ਉਹਨਾਂ ਨੂੰ ਮਿਲਿਆ ਜਿਨ੍ਹਾਂ ਦੇ ਤਕਰੀਬਨ 10-10 ਏਕੜ ਲੱਗੇ ਹੋਏ ਆ ਜੈਪੁਰ ਸਾਈਡ ਨੂੰ ਭੰਵੇਂ ਉੱਥੇ ਇੱਕ ਫਾਰਮਰ ਦੇ 50-50 ਏਕੜ ਯੂਪੀ ਚ 100-100 ਏਕੜ ਲੱਗੇ ਹੋਵੇ ਤੇ ਉਹ ਆਪਣੇ ਤੋਂ ਥੋੜਾ ਜਿਹਾ ਗਾਂ ਵਧੂ ਹੈ ਆ ਗਾਂ ਵਧੂ ਇਸ ਕਰਕੇ ਵੀ ਹੈ ਕਿਉਂਕਿ ਉੱਥੇ ਸਰਕਾਰਾਂ ਬਹੁਤ ਜ਼ਿਆਦਾ ਪੰਜਾਬ ਨਾਲੋਂ ਮਦਦ ਕਰ ਰਹੀਆਂ ਤੇ ਤਕਰੀਬਨ ਉੱਥੇ ਕਿਸਾਨ ਜਿਹਨੇ ਇੱਕ ਲ 10 ਲਾਉਂਦਾ ਤੇ ਪੰਜਾਬ ਦਾ ਫਾਰਮਰ ਜਿਹਨੇ ਇੱਕ ਲਾ ਲਿਆ ਉਹ ਫੇਰ ਅੱਧਾ ਦਾ ਫੇਰ ਹੌਲੀ-ਹੌਲੀ ਸਟੈਪ ਵਾਈ ਵਧਦਾ ਜੀ ਧੰਨਵਾਦ ਜੀ ਇਹ ਸਨ ਕਿਸਾਨ ਲਖਵਿੰਦਰ ਸਿੰਘ लाਡੀ ਰਾਹੀ ਜਿਨ੍ਹਾਂ ਨੇ ਆਪਣੀ ਮਿਹਨਤ ਤੇ ਲਗਨ ਦੇ ਨਾਲ ਕਿਤਨਾ ਕਿਤੇ ਕਾਮਯਾਬੀ ਹਾਸਲ ਕੀਤੀ ਹੈ ਪਰ ਗੱਲ ਉਹੀ ਆਂਦੀ ਹੈ ਕਿ ਸਰਕਾਰਾਂ ਕਿਸਾਨਾਂ ਦੀ ਬਾਹਾਂ ਕਿਉਂ ਨਹੀਂ ਫੜਦੀਆਂ ਕਿਸਾਨ ਧਰਨੇ ਲਾਉਂਦੇ ਆ ਪ੍ਰਦਰਸ਼ਨ ਕਰਦੇ ਆ ਸਰਕਾਰਾਂ ਦੀ ਨੀਤੀਆਂ ਕੁਛ ਐਸੀਆਂ ਜਣੀਆਂ ਕਿ ਕਿਸਾਨਾਂ ਨੂੰ ਰੋਲਣ ਆਣੀਆਂ ਇਸ ਕਰਕੇ ਪੋਲੀ ਹਾਊਸ ਜਿਹੜਾ ਇਹਨਾਂ ਦਾ ਚੱਲ ਰਿਹਾ ਜਿਹੜਾ ਪੋਲੀ ਫਾਰਮਿੰਗ ਹੈ ਕਰਦੇ ਪਏ ਨੇ ਇਜ਼ਰਾਈਲ ਦੀ ਤਕਨੀਕ ਨਾਲ ਕਰ ਰਹੇ ਹੋ ਆਪਣੀ ਮਿਹਨਤ ਨਾਲ ਕਰ ਰਹੇ ਆ ਜੇਕਰ ਸਰਕਾਰ ਨੇ ਗੱਲ ਕਰੇ ਤਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਜਿਨ੍ਹਾਂ ਕੋਲੇ ਘੱਟ ਜ਼ਮੀਨ ਹੈਗੀ ਹੈ ਜਿਹੜੇ ਸਫਲ ਕਿਸਾਨ ਆ ਉਹਨਾਂ ਨੂੰ ਹੋਰ ਅੱਗੇ ਪਤਾਇਆ ਜਾਵੇ ਤੇ ਦੂਜੇ ਕਿਸਾਨਾਂ ਨੂੰ ਵੱਧ ਤੋਂ ਵੱਧ ਵਾਫੜੀ ਜਾਵੇ ਤਾਂ ਕਿ ਉਹ ਵੀ ਪੌਲੀ ਫਾਰਮਿੰਗ ਵੀ ਸ਼ੁਰੂ ਕਰਨ ਤੇ ਸਰਕਾਰ ਕੁਝ ਐਸੀ ਨੀਤੀ ਬਣਾਵੇ ਜਿਸ ਦੇ ਨਾਲ ਛੋਟਾ ਕਿਸਾਨ ਵੀ ਉੱਪਰ ਆਵੇ ਤਾਂ ਲਖਵਿੰਦਰ ਸਿੰਘ ਲਾਡੀ ਰਾਹੀ ਜਿਨ੍ਹਾਂ ਨੂੰ ਬਠਿੰਡਾ ਦੇ ਵਿੱਚ ਜਾਣਿਆ ਜਾਂਦਾ ਆਪਣੇ ਸਫਲ ਕਿਸਾਨ ਵਜੋਂ ਮਿਹਨਤ ਕਰ ਰਿਹਾ ਤਾਂ ਕਿਤਨਾ ਕਿਤੇ ਸਰਕਾਰ ਤੋਂ ਉਮੀਦ ਕਰ ਰਹੇ ਨੇ ਕਿ ਸਰਕਾਰ ਜ਼ਰੂਰ ਕਿਸਾਨਾਂ ਵਾਸਤੇ ਕੁਝ ਕਰੂਗੀ ਤਾਂ ਕਿ ਛੋਟੇ ਕਿਸਾਨ ਵੀ ਉੱਪਰ ਅੱਗੇ ਵਧ ਸਕਣ ਕੈਮਰਾਮੈਨ ਸੁਪਿੰਦਰ ਦੇ ਨਾਲ ਅਮੇਸ਼ ਸ਼ਰਮਾ ਡੇਲੀ ਪੁਸ ਪੰਜਾਬੀ ਬਠਿੰਡਾ